ਸੋਨੂੰ ਜਿਹਦੇ ਤੋਂ ਉਹਦੀ ਕਾਰ ਦੀ ਤਲਾਸ਼ੀ ਦੇ ਕੁਛ 9 ਲੱਖ ਟੈਬਲੇਟਸ ਮਿਲੀਆਂ। ਉਹਦੀ ਜਦੋਂ ਹੋਰ ਪੁੱਛਗਿੱਛ ਕੀਤੀ ਗਈ ਬਠਿੰਡਾ ਪੁਲਿਸ ਨੇ ਜਦੋਂ ਕੀਤੀ ਤਾਂ ਉਹਦਾ ਇੱਕ ਗੋਡਾਊਨ ਬਸਟ ਕੀਤਾ ਗਿਆ ਜਿੱਥੇ ਕਿ 9 ਲੱਖ ਟੇਬਲੇਟ ਹੋਰ ਪਾਈ ਗਏ। ਉਸ ਤੋਂ ਬਾਅਦ ਉਹਦੀ ਪੁੱਛਗਿੱਛ 'ਤੇ ਅੱਗੇ ਇਹ ਪ੍ਰਦੀਪ ਗੋਇਲ ਫਿਗਰ ਹੋਇਆ। ਔਰ ਪ੍ਰਦੀਪ ਗੋਇਲ ਬਾਰੇ ਵੀ ਇਹ ਮੈਂ ਦੱਸਣਾ ਚਾਹਾਂਗੀ ਕਿ ਇਹ 2007 ਵਿੱਚ ਇਹ ਪਹਿਲਾਂ ਇੱਕ ਕੈਮਿਸਟ ਸ਼ੋਪ ਚਲਾਉਂਦਾ ਸੀ ਇੱਕ ਨਾਂ 'ਤੇ, ਔਰ ਫਿਰ ਉਹਨੂੰ 2011 ਵਿੱਚ ਉਹਦੇ 'ਤੇ ਰੇਡ ਹੋਇਆ ਅਤੇ ਫਿਰ 21 ਦਿਨ ਲਈ ਉਹਦੀ ਸਸਪੈਂਡ ਹੋ ਗਿਆ ਲਾਈਸੈਂਸ। ਫਿਰ ਉਹਨੇ ਆਪਣਾ ਜਿਹੜੀ ਫਰਮ ਹੈ ਉਹਦਾ ਨਾਂ ਚੇਂਜ ਕਰ ਲਿਆ, ਉਹਦਾ ਨਾਂ ਪਹਿਲਾਂ APC ਸੀਗਾ ਫਿਰ ਉਹਨੂੰ JMA ਕਰ ਲਿਆ। 2011 ਵਿੱਚ ਫਿਰ ਇਹਦੀ ਜਿਹੜੀ ਦੁਬਾਰਾ 2018 ਵਿੱਚ 7 ਲੱਖ ਟੇਬਲੇਟਸ ਦੁਬਾਰਾ ਬਰਾਮਦ ਹੋਈਆਂ, ਫਿਰ ਇਹਦਾ ਜਿਹੜਾ ਲਾਈਸੈਂਸ ਹੈ ਕੈਂਸਲ ਹੋ ਗਿਆ। ਉਸ ਤੋਂ ਬਾਅਦ ਇਹ ਆਪਣੇ ਬ੍ਰਦਰ ਇਨ ਲਾਅ ਦੇ ਨਾਮ 'ਤੇ ਕਿਸੇ ਤਰ੍ਹਾਂ ਇਹਨੇ ਲਾਈਸੈਂਸ ਲੈ ਕੇ ਉਹ ਚਲਾ ਰਿਹਾ ਸੀਗਾ, ਔਰ ਹੁਣ ਇਹ ਅਰੈਸਟਿਡ ਹੈ ਔਰ ਇਹਦੀ ਅਗਲੀ ਤਫਤੀਸ਼ ਜਾਰੀ ਹੈ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।